Sukheki school de tamam teacher sahiban, principal sahib and master ji aur sab to zyada zaruri sab student vidyarthi tusi about 15 de kareeb is room ch baithe ho te mera dhyan bahar jehde 17 saal de kareeb hege hai ohna wala jehde darwaje bhan rahe hai kyunki kadi main bhi ohi kam kar randa si jo bahar walan da hega mera number bhi kadi itthe andar walan ch nahi si laga ਕਿ ਕੁਛ 94 ਸਟੂਡੈਂਟ ਨੂੰ ਅੰਦਰ ਬੁਲਾਇਆ ਜਾਂਦਾ ਜਿਨ੍ਹਾਂ ਦੇ ਕੁਛ ਕੋਲ ਕੋਈ ਕੋਈ ਨਾ ਕੋਈ ਆਈਟਮ ਹੁੰਦੀ ਹੈ ਪਰ ਅਸਲੀ ਆਪਣਾ ਜੋ ਮੈਂ ਜਾਂਦੇ ਹੋਇਆ ਮਤਲਬ ਕੁਛ ਮਿੰਟ ਹੈਗੇ ਆ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜੋ ਪੰਜਾਬੀ ਪਹਿਰਾਵਾ ਮੈਂ ਦੇਖਿਆ ਆਪਣੇ ਵੀਰ ਦਾ ਜਿਹਨੇ ਪਹਿਲਾਂ ਵੀ ਗਾਇਆ ਬਾਅਦ 'ਚ ਵੀ ਗਾਇਆ ਔਰ ਜਿੰਨੀਆਂ ਵੀ ਕਵਿਤਾਵਾਂ ਜਿੰਨੇ ਵੀ ਆਪਾਂ ਕਲਾਮ ਸੁਣੇ ਆ ਉਹਨਾਂ 'ਚ ਨੋਟ ਕਰਨ ਵਾਲੀ ਗੱਲ ਪੰਜਾਬੀ ਦੀ ਵੋਕੈਬਲਰੀ ਹੈਗੀ ਹੈ ਜਿਹੜੀ ਸ਼ਬਦਾਵਲੀ ਪੰਜਾਬੀ ਦੀ ਦੇਖੋ ਆਪਾਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਰਹਿੰਦੇ ਹਾਂ ਬਹੁਤ ਬੜੇ ਬਜਟ ਨੇ ਦੁਨੀਆ ਭਰ 'ਚ ਪੰਜਾਬੀ ਚੇਅਰਸ ਇਸਟੈਬਲਿਸ਼ ਨੇ ਪੰਜਾਬੀ 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 ਮਤਲਬ ਇੰਟਰਨੈਟ ਫੇਸਬੁੱਕ 'ਤੇ ਦੇਖ ਲਓ ਭਾਵੇਂ ਉਹ ਲਹਿੰਦਾ ਪੰਜਾਬ ਹੋਵੇ ਭਾਵੇਂ ਚੜ੍ਹਦਾ ਪੰਜਾਬ ਹੋਵੇ ਪੰਜਾਬੀ ਦੇ ਲਈ ਯੂਨੀਵਰਸਿਟੀਜ਼ ਦੇ ਬਕਾਇਦਾ ਡਿਪਾਰਟਮੈਂਟ ਨੇ ਲੈਂਗੁਏਜ ਰਿਸਰਚ ਡਿਪਾਰਟਮੈਂਟ ਪ੍ਰੋਫੈਸਰਸ ਲੱਖਾਂ ਰੁਪਈਆਂ ਦੀ ਤਨਖਾਹ ਲੈਂਦੇ ਨੇ ਸਰਕਾਰੀ 'ਚੋਂ ਪਰ ਜੇ ਨੋਟ ਕਰੋ ਤਾਂ ਪੰਜਾਬੀ ਵਧਣੀ ਕਿੱਥੋਂ ਹੈ ਇਹ ਇੱਥੋਂ ਵਧਣੀ ਹੈ ਜੋ ਇਹ ਸਾਡੇ ਸਟੂਡੈਂਟਸ ਨੇ ਕੀਤਾ ਸੋ ਇੱਕ ਤਾੜੀਆਂ ਜ਼ੋਰਦਾਰ ਪਲੀਜ਼ ਹੈ ਸਭ ਦੇ ਲਈ ਜਿਨ੍ਹਾਂ ਨੇ ਇੰਨੀ ਖੂਬਸੂਰਤ ਪੰਜਾਬੀ ਦੇ ਉਹ ਅਲਫਾਜ਼ ਕੱਢੇ ਨੇ ਜਿਹੜੇ ਕਿ ਹੌਲੀ ਹੌਲੀ ਲੁਪਤ ਹੁੰਦੇ ਜਾਂਦੇ ਨੇ ਮੈਂ ਜਿੰਨੇ ਕੁਛ ਦਿਨਾਂ ਦਾ ਆਇਆ ਹੋਇਆ ਮੇਰੇ ਦੋਸਤ ਲਾਹੌਰ 'ਚ ਨੇ ਜਿਨ੍ਹਾਂ ਦੀ ਫੈਮਿਲੀ 'ਚ ਮੈਂ ਰਹਿੰਦਾ ਅਤੇ ਉਹ ਬਿਲਕੁਲ ਸ਼ਹਿਰ ਦੇ ਬੱਚੇ ਨੇ ਠੀਕ ਹੈ ਨਾ ਸੋ ਮੈਂ ਬਿਲਕੁਲ ਪੇਂਡੂ ਦੇਸੀ ਬੰਦਾ ਆ ਸੋ ਇਸ ਕਰਕੇ ਮੈਨੂੰ ਅੱਜ ਬਹੁਤ ਹੀ ਵਧੀਆ ਫੀਲਿੰਗ ਹੋ ਰਹੀ ਹੈ ਕਿ ਹਾਲੇ ਵੀ ਤੁਸੀਂ ਉਹ ਜਿਹੜੀ ਆਪਣੇ ਅਸਲੀ ਮਾਂ ਬੋਲੀ ਹੈਗੀ ਆ ਉਹਨੂੰ ਅੱਗੇ ਵਧਾ ਰਹੇ ਹੋ ਪਰ ਅੱਗੇ ਤਾਂ ਦੀ ਵਧੇਗੀ ਜੇ ਆਪਾਂ ਨੂੰ ਥੋੜ੍ਹਾ ਜਿਹਾ ਹੋਰ ਸਪੋਰਟ ਕਰੀਏ ਹੁਣ ਜਿਹੜਾ ਟੈਲੈਂਟ ਇਸ ਸਕੂਲ 'ਚ ਹੀ ਨਾ ਰਹਿ ਜਾਵੇ ਅੱਜ ਆਪਾਂ ਬਾਬਾ ਜੀ ਤੁਸੀਂ ਵੀਡੀਓ ਬਣਾਈ ਹੈ ਦੁਨੀਆ ਭਰ 'ਚ ਵੀਡੀਓ ਜਾ ਰਹੀ ਹੈ ਤੁਹਾਡੀ ਹੁਣ ਮੈਨੂੰ ਪਤਾ ਨਹੀਂ ਕਿ ਇੱਥੇ ਆਈਡਲ ਟੈਲੈਂਟ ਸ਼ੋ ਵਗੈਰਾ ਇੱਥੇ ਹੁੰਦੇ ਨੇ ਪਰ ਇਟ ਆਲ ਸਟਾਰਟਸ ਜਸਟ ਲਾਈਕ ਦਿਸ ਇਸ ਤਰ੍ਹਾਂ ਹੀ ਕਿਸੇ ਦੀ ਵੀਡੀਓ ਹੁੰਦੀ ਹੈ ਉਹ ਕੋਈ ਦੇਖ ਲੈਂਦਾ ਹੈ ਐਂਡ ਅੱਗੇ ਦੀ ਅੱਗੇ ਮੌਕਾ ਮਿਲਦਾ ਕਿਉਂਕਿ ਜੇ ਆਪਾਂ ਬੱਚਿਆਂ ਨੂੰ ਇਹ ਮੌਕਾ ਨਹੀਂ ਲਵਾਂਗੇ ਤਾਂ ਘਰੋਂ ਉਹਨਾਂ ਨੂੰ ਗਾਲਾਂ ਪਈ ਜਾਣੀਆਂ ਵੀ ਇਹ ਨਾਚ ਗਾਣਾ ਛੱਡ ਆਪਣੀ ਪੜ੍ਹਾਈ ਕਰ ਠੀਕ ਹੈ ਨਾ ਨਹੀਂ ਤਾਂ ਮਾਪਿਆਂ ਨੇ ਇਹੀ ਕਹਿਣਾ ਵੀ ਇਹ ਕਿਹੜਾ ਕੰਮ ਫੜਿਆ ਹੈ ਵੀ ਤਾਂ ਤੈਨੂੰ ਇਹਨੇ ਤੈਨੂੰ ਇਹ ਢੋਲ ਨੇ ਰੋਟੀ ਨਹੀਂ ਖਵਾ ਦੇਣੀ ਤੈਨੂੰ ਮਤਲਬ ਨਾ ਆਪਣਾ ਆਪਣੀ ਪੜ੍ਹਾਈ ਪੜ੍ਹ ਸਾਇੰਸ ਪੜ੍ਹ ਮੈਥਸ ਪੜ੍ਹ ਆਪਣਾ ਜੀਓਗ੍ਰਾਫੀ ਪੜ੍ਹ ਪਰ ਇਹ ਚੀਜ਼ਾਂ ਬਾਹਰਲੇ ਮੁਲਕਾਂ 'ਚ ਬਹੁਤ ਜ਼ਿਆਦਾ ਇਹਨਾਂ ਦੀ ਵੈਲਿਊ ਹੈਗੀ ਆ ਉਨਾ ਹੀ ਹੈਗਾ ਜੇ ਤੁਸੀਂ ਕਿਸੇ ਨਾਲ ਖੜ੍ਹੇ ਹੋ ਭਾਵੇਂ ਤੁਸੀਂ ਡਰਾਈਵਰ ਹੋ ਭਾਵੇਂ ਡਾਕਟਰ ਹੋ ਭਾਵੇਂ ਇੰਜੀਨੀਅਰ ਹੋ ਭਾਵੇਂ ਤੁਸੀਂ ਮਾਲੀ ਹੋ ਤੁਹਾਨੂੰ ਕਦੀ ਵੀ ਸੁਸਾਇਟੀ 'ਚ ਉੱਥੇ ਫਰਕ ਨਹੀਂ ਪਤਾ ਲੱਗਦਾ ਟਰੂ ਮੈਨੇ 'ਚ ਵਿਦੇਸ਼ਾਂ 'ਚ ਜਿਹੜੀ ਸੁਸਾਇਟੀ ਹੈਗੀ ਆ ਉਹਦੇ 'ਚ ਤੁਸੀਂ ਹਸਪਤਾਲ ਜਾਂਦੇ ਹੋ ਤੁਹਾਡਾ ਇਲਾਜ ਉੱਦਾਂ ਹੀ ਹੋਏਗਾ ਜਿਵੇਂ ਕਿਸੇ ਰੇਹੜੀ ਵਾਲੇ ਦਾ ਹੁੰਦਾ ਅਤੇ ਭਾਵੇਂ ਕਿਸੇ MPA ਦਾ ਹੁੰਦਾ ਉਹ ਚੀਜ਼ਾਂ ਆਪਾਂ ਆਪਣੀ ਸੁਸਾਇਟੀ 'ਚ ਕਿੱਦਾਂ ਲਿਆ ਸਕਦੇ ਹਾਂ ਜੇ ਆਪਾਂ ਇੱਕ ਦੂਜੇ ਦੇ ਨਾਲ ਜਿਵੇਂ ਹੁਣ ਆਪਣੇ ਦੋਸਤਾਂ ਨੇ ਗਾਣਾ ਗਾਇਆ ਉਹਨਾਂ ਦੇ ਫਨ ਦੀ ਜਾਂ ਉਹਨਾਂ ਦੇ ਜੋ ਵੀ ਉਹਨਾਂ ਦਾ ਟੈਲੈਂਟ ਹੈਗਾ ਉਹਦੀ ਉਨੀ ਹੀ ਪ੍ਰਸ਼ੰਸਾ ਕਰੀਏ ਜਿੰਨੇ ਆਪਾਂ ਕੋਈ ਟੌਪ ਐਕੇਡੈਮਿਕ ਡਾਕਟਰ ਜਾਂ ਇੰਜੀਨੀਅਰ ਹੈਗਾ ਆ ਉਹ ਮਤਲਬ ਹਰੇਕ ਰੱਬ ਨੇ ਜੋ ਵੀ ਕਿਸੇ ਨੂੰ ਕੋਈ ਹੁਨਰ ਦਿੱਤਾ ਹੈ ਉਹਦੀ ਉਨੀ ਹੀ ਵੈਲਿਊ ਹੈਗੀ ਆ ਜਿੰਨੀ ਕਿਸੇ ਦੀ ਹੈਗੀ ਕੋਈ ਘੱਟ ਵੱਧ ਅੱਲਾਹ ਤਾਲਾ ਨੇ ਨਹੀਂ ਬਣਾਇਆ ਹੈਗਾ ਮੈਨੂੰ ਸਭ ਤੋਂ ਚੰਗੀ ਜਿਹੜੀ ਚੀਜ਼ ਅੱਜ ਲੱਗੀ ਕਿ ਜਿਵੇਂ ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੀ ਸ਼ੁਰੂਆਤ ਕਲਾਮੇ ਪਾਕ ਤੋਂ ਕੀਤੀ ਅਸੀਂ ਵੀ ਆਪਣਾ ਕੋਈ ਵੀ ਫੰਕਸ਼ਨ ਹੋਵੇ ਉਹਦੇ 'ਚ ਆਪਣੇ ਧਰਮ ਦਾ ਅਸੀਂ ਆਪਣਾ ਪੜ੍ਹਦੇ ਹਾਂ ਸੋ ਮੈਨੂੰ ਚੰਗਾ ਲੱਗਾ ਕਿ ਆਪਾਂ ਸਿਮਿਲੈਰਿਟੀਜ਼ ਕਿੰਨੀਆਂ ਨੇ ਹੁਣ ਡਿਫਰੈਂਸਿਸ ਆਪਾਂ ਕੱਢੀਏ ਡਿਫਰੈਂਸਿਸ ਤਾਂ ਸਾਰਾ ਦਿਨ ਲੋਕ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਸਾਰੀ ਦੁਨੀਆ ਡਿਫਰੈਂਸ ਲੱਭਣ 'ਤੇ ਲੱਗੀ ਹੋਈ ਹੈ ਲੱਖਾਂ ਕਰੋੜਾਂ ਲੋਕ ਇਸ ਵੇਲੇ ਬਹਿਸ ਵਸਾਈਦਾ ਕਰਦੇ ਹੈਗੇ ਪਰ ਜੇ ਆਪਾਂ ਕੁਛ ਲੋਕ ਸਿਮਿਲੈਰਿਟੀਜ਼ ਲੱਭੀਏ ਯਾਰ ਇਹ ਵੀ ਕੰਮ ਸਾਡੇ ਵਾਂਗੂ ਹੀ ਕਰਦੇ ਨੇ ਇਹ ਵੀ ਪੰਜਾਬੀ ਸਾਡੇ ਵਾਂਗੂ ਹੀ ਬੋਲਦੇ ਨੇ ਇਹ ਵੀ ਸਾਡੇ ਵਾਂਗੂ ਬਹੁਤ ਮਹਿਮਾਨ ਨਿਵਾਜ਼ੀ ਨੂੰ ਤਰਜੀਹ ਦਿੰਦੇ ਨੇ ਜਿਵੇਂ ਤੁਸੀਂ ਕਰ ਰਹੇ ਹੋ ਹੁਣ ਆਪਣਾ ਬਾਰ ਬਾਰ ਮਤਲਬ ਹੋਰ ਸਟੂਡੈਂਟ ਬੁਲਾ ਕੇ ਹਰੇਕ ਦਾ ਜੀ ਕਰ ਰਿਹਾ ਕਿ ਆਪਾਂ ਆਪਣੀ ਅਟੈਂਡ ਸਮਾਈਏ ਇਹ ਸਾਰਾ ਕੋਈ ਮਹਿਮਾਨ ਨਿਵਾਜ਼ੀ ਦੇ ਵਿੱਚ ਹੀ ਆਉਂਦਾ ਸੋ ਇੱਕ ਦੂਜੇ ਦਾ ਆਪਾਂ ਦਿਲ ਜਿੱਤ ਰਹੇ ਹਾਂ ਮਤਲਬ ਐਟਲੀਸਟ ਤੁਸੀਂ ਤਾਂ ਮੇਰਾ ਦਿਲ ਜਿੱਤ ਰਹੇ ਹੋ ਮੇਰਾ ਪਤਾ ਨਹੀਂ ਮੈਂ ਜਿੱਤ ਰਿਹਾ ਕਿ ਨਹੀਂ ਜਿੱਤ ਰਿਹਾ ਪਰ ਯੂ ਹੈਵ ਡੈਫੀਨੇਟਲੀ ਵਨ ਮਾਈ ਹਾਰਟ ਉਹਦੇ ਨਾਲ ਕੀ ਹੁੰਦਾ ਕਿ ਇਹ ਸੰਦੇਸ਼ ਬਹੁਤ ਅੱਗੇ ਤੱਕ ਜਾਂਦਾ ਹੈ ਜਿਹੜੇ ਪੋਲੀਟੀਸ਼ੀਅਨ ਹੁੰਦੇ ਦੋਨਾਂ ਕੰਟਰੀਜ਼ ਦੇ ਦੋਨਾਂ ਕੰਟਰੀਜ਼ ਮੈਂ ਇਸ ਕਰਕੇ ਕਹਿੰਦਾ ਕਿ ਇਹ ਫਰੈਂਡਲੀ ਨਹੀਂ ਹੈਗੇ ਇੰਡੀਆ ਪਾਕਿਸਤਾਨ ਆਰ ਨੋਟ ਫਰੈਂਡਲੀ ਐਟ ਆਲ ਠੀਕ ਹੈ ਨਾ ਹੁਣ ਮੈਂ ਇਹ ਨਹੀਂ ਕਹਿ ਸਕਦਾ ਦੁਸ਼ਮਣ ਕੰਟਰੀਜ਼ ਨੇ ਪਰ ਐਟਲੀਸਟ ਦੇ ਆਰ ਨੋਟ ਫਰੈਂਡਲੀ ਇਹ ਫਰੈਂਡਲੀ ਕਿੱਦਾਂ ਬਣ ਸਕਦੇ ਜੇ ਆਪਾਂ ਆਵਾਮ ਹੀ ਇੰਨਾ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਈਏ ਇੰਨਾ ਇੱਕ ਦੂਜੇ ਨੂੰ ਮੁਹੱਬਤ ਕਰੀਏ ਜਦੋਂ ਕੋਈ ਇੱਧਰੋਂ ਗੈਸਟ ਉੱਧਰ ਜਾਂਦਾ ਉੱਧਰੋਂ ਇੱਧਰ ਜਾਂਦਾ ਆਪਣੇ ਆਪ ਜਿਹੜੇ ਪੋਲੀਟੀਸ਼ੀਅਨ ਨੇ ਉਹ ਵੋਟ ਦੀ ਗੇਮ ਖੇਡਦੇ ਆ ਉਹ ਜਦੋਂ ਉਹਨੂੰ ਲੱਗੂਗਾ ਵੀ ਹੈ ਮੇਰੇ ਮੁਲਕ ਦੇ ਲੋਕ ਵੀ ਉੱਧਰ ਇੰਨਾ ਪਿਆਰ ਕਰਦੇ ਉਹ ਆਪਣੇ ਆਪ ਇਨਸ਼ਾਅੱਲਾ ਇੱਕ ਦਿਨ ਇਹ ਬਾਰਡਰ ਮੇਰਾ ਸੁਪਨਾ ਹੈ ਕਿ ਜ਼ਰੂਰ ਖੁੱਲ੍ਹਣ ਪਤਾ ਨਹੀਂ ਕਿ ਆਪਣੇ ਰਹਿੰਦਿਆਂ ਇਹ ਹੋਏਗਾ ਕਿ ਨਹੀਂ ਹੋਏਗਾ ਪਰ ਮੈਂ ਰੱਬ ਦੇ ਅੱਗੇ ਸੋਹਣੇ ਰੱਬ ਦੇ ਅੱਗੇ ਮੇਰੀ ਤਾਂ ਇਹੀ ਦੁਆ ਹੈ ਕਿ ਕਦੇ ਨਾ ਕਦੇ ਆਪਾਂ ਸਾਰੇ ਪੰਜਾਬੀ ਇੰਨਾ ਕੁਛ ਜਿੰਨੀ ਤੁਹਾਡੀ ਪੰਜਾਬੀ ਵਧੀਆ ਅੱਜ ਮੈਨੂੰ ਪੰਜਾਬੀ ਬੋਲੀ ਦੀ ਅੱਜ ਮੈਂ ਇਸ ਕਰਕੇ ਵਾਰ ਵਾਰ ਗੱਲ ਕਰ ਰਿਹਾ ਕਿਉਂਕਿ ਮੈਨੂੰ ਆਸ ਨਹੀਂ ਸੀ ਪਿਛਲੇ 5-6 ਦਿਨਾਂ ਤੋਂ ਮੈਂ ਇਹੋ ਜਿਹੀ ਪੰਜਾਬੀ ਸੁਣੀ ਨਹੀਂ ਸੀ ਜਿੰਨੀ ਤੁਹਾਡੇ ਸਕੂਲ 'ਚ ਆ ਕੇ ਸੁਣੀ ਹੈ ਕਿਉਂਕਿ ਨਾ
एक मॉडर्न फैशन बनता जा रहा जो तुम व्हाट्सएप फेसबुक इंटरनेट ट्विटर से जाने अंग्रेजी का माहौल जहाँ बन जाता विदेशी फिल्मों देखते हो सारा कुछ देखते हो तुम्हें लगता भी शायद वो लियाकत हैगी है पर एक्चुअली वो लियाकत नहीं है वो थोड़ी भेट चाल हैगी जी अंग्रेजा ने अपने कंट्री शुरू की सी जिन्होंने आप हाले भी तुम कोई वधिया ब्रांड देख लो वह नाम जरूर कुछ ना कुछ फ्रेंच इदा नाम होएगा तुम कि टॉप की कोई कार बना लो इतने पाकिस्तान तुम भी कभी भी चौधरी कार सर्विस नहीं कहोगे तो नाम कोई ना कोई विदेशी जो नाम तो लैसपा या कुछ अपने कोई बुटीक का नाम रख लो कोई कोई भी तुम एस्टैबलिशमेंट करते हो तो नाम अंग्रेजी या दुकान रखने की कोशिश करनी है जो तुम अपना देसी देसी नाम रखने तो दुकान पर रखोगे लोगों ने कहना लड़ा ब्रांड होया मतलब इवें जिमें डॉक्टर हैं मैं डेंटिस्ट हाँ मेरे दोस्त इंडिया इंप्लांट सर्जरी करते हैं वो मरीज को जरूर कहें जी इंप्लांट साढ़े स्वीडन तो आया स्विट्जरलैंड तो आया पर यही माण आप क्यों नहीं कर सकते सियालकोट की चीज़ दुनिया भर से जाती है साढ़े को डेंटल इंस्ट्रूमेंट सियालकोट जाते हैं फर्क सिर्फ यह है भी ठप्पा ठप्पा कित होर कंट्री का लग जाता क्योंकि वह पाकिस्तान का नाम नहीं विकता यही इंडिया की प्रॉब्लम है हुण इन्नी जनता इत्थे ना दोवां कंट्रियां च इन्ने लोग ने सड़कों पर मतलब बहुत ज़्यादा हाथ ने काम करने वाले आप क्यों ना आप सारा जोर जो होर गलों पर लाया हुआ है मैनुफैक्चरिंग इंडस्ट्री लाइए एक दूजे मिल के मतलब यह चीज़ कर दी है भी जोड़े बाकी दुनिया के कंट्री है वो इन्होंने कंट्री के वीज़ा लैन तरसन और यह काम हो सकता है ये सब ताडे स्टूडेंट्स से डिपेंड करता है मैं अपने वालों तुहानू सबनू शुभ दुआ यही दिना जी करता है बाहर बैठे का क्योंकि तुसी सब टैलेंटेड बहुत हो सिर्फ और सरकारां दी भी गलती नहीं है मैं ये गल नहीं मानता कि सरकारां साडी निकमियां ने सरकारां तो पब्लिक नू केटर करदियां जे तुसी धर्म के नाते ही वोटा दे जानियां वो तुहाडी मर्जी है पर जे तुसी डिवेलपमेंट के नाते वोटा करो भी हाँ जी साडे सरकार साडे शहर च कोई तुसी पॉलिटिक नहीं खोलिया कोई आई आई टी नहीं खोलिया कोई हत्थां दा हुनर नहीं हैगा उस हिसाब नाल जे वोटा देने लगो फिर मंत्रियों वजीरों नू भी लगता है भी यार जॉब क्रिएट करनी साढ़े लिए जरूरी है फिर अगले ने वोट देनी है इस वेले की हुंदा वोट के नेड़े जाके कोई ना कोई धार्मिक मुद्दा या कोई इदा हुंदा वो वेव चल पैंदी है बस उदा लोग वोट कर देंदे मतलब लैट्स चेंज दैट फ्रॉम रिलीजियस रिलीजन प्रैफरेंस टू इकनोमिक थिंग दुनिया जी इकोनमी ना चलती है जब तक तुहाडे कोल इकोनमी स्ट्रांग नहीं हो डॉलर की कॉस्ट देख लो कितने रूपी की कितने आ गई है और मेरे वर्ग में बहुत मुश्किल आती है जो मैं किताब इतने सैल करनी है कुछ करना है और रूपी की वैल्यू इन्नी घट जाती है जो तक अमरीका पहुँचता डॉलर बनता है वो उन्हें साड़ी कॉफी चाह कॉफी भी नहीं आती मतलब इन्ना उन्होंने भी हूँ भी तुम सोचते हो भी यार मैं पाकिस्तान से जाके काम करा कि ना करा सो जिन्ना तुम तरक्की अपने कंट्री को करवाओगे उन्ना ही तुहाडा अपना भविख और अपने कल्चर का भविख स्ट्रोंग होएगा ज़्यादा कुछ ना कहता होया मैं खिमा चाहना जे मैं कुछ गलत बोलिया हो किसी भी तरह किसी का दिल दुखाया हो आई अपोलोजाइज थैंक यू सो मच इट इज़ प्लेजर थैंक यू बहुत शुक्रिया जी दलवीर सिंह पन्नू साहब का अपनिया सोचा साढ़े सामने रखते पे सन इन दावा देवगा जनाब शायद शब्बीर साहब न कि मैं इतने आने ते अपने ख्याल का इजहार करूँ जनाब शायद शब्बीर साहब बहुत शुक्रिया जी एक छोटी जिनी फोटो वॉक सी जिथों यह सफ़र शुरू होया कह लो कि लास्ट फोटो वॉक ही सी साड़ी टैक्सला दी जिथों सानू उस्तादे मोहतरम दे नाल जुड़न दा मौका मिलिया ऐसे ही पंजाबी दा प्रचार कर रहा सी मैं टैक्सला दी हिस्टरी दे उत्ते और गल कर रहा सी मैं अपना राजा रसालू ते नाल जिहड़ी है कि कहिंदे ने पूरन भगत दी स्टोरी कर रहा सी ते मास्टर साहब आके खलो गए ते पहले ते मैं थोड़ा जिहा शर्मसार जिहा हो गया कि पता नहीं मैं कोई गलत बोल रहा लेकिन मैनू बाद च पता लगा कि सारे उस्ताद मोहतरम ने स्कूल तो ने और मेरी पंजाबी तो दिलचस्पी लैके तो मेरी गलबात जी है मैं पंजाबी कर रहा उन्होंने सुन रहे ने मेरा नाम शाहिद शबीर है लेकिन मैनू बचपन तो लोग जड़े ने प्यार दे नाल तीन साल की उम्र तो बाबा जी कहते हैं पता नहीं रब ने व्डे हो के मेरे तो किहड़ा काम लैना सी मैनू नहीं सी पता उहदा अंदाज़ा मैनू उस वेले लगा जदों कि मैं पोस्ट ग्रैजुएशन कर गया बल्कि नहीं ग्रैजुएशन की तो उस वेले पता लगा जदों कि मैं पंजाबी दी चिणग लगी मेरे अंदर क्योंकि मैं अपने आप नू सन ऑफ द सॉयल मैं अपना मिट्टी का पुत कहना वा पंज दरियावां दी तो सो जिहड़ा बंदा पंजाब च पैदा होया मैं कहना वा कि पहले सब तो माँ बोली है मैं इंग्लिश बोली लोगों ने मजाक उड़ाया मैं उर्दू बोली मैनू आप चज ना आया लेकिन जो मैं पंजाबी बोली तो सारा जग ठोकाया तो सो मैनू इन्ना वधिया लगा मैनू इन्ना वधिया लगा कि मैनू पंजाबी जबान ने इन्ना मान दिता कि अज 150 मुल्कां दे विच मेरे पंजाबी प्रोग्राम देखे जाते हैं 150 कंट्री दे विचों मैनू घट्टो घट
ਜਿਹੜੇ ਲੋਕ ਨੇ ਉਹਨਾਂ ਦੀ ਤਾਦਾਦ ਕੁੱਲ ਮਿਲਾ ਕੇ ਫੇਸਬੁੱਕ ਯੂਟਿਊਬ ਔਰ ਗੂਗਲ ਮੈਪਸ ਦੇ ਉੱਤੇ 11 ਕਰੋੜ ਦੇ ਕਰੀਬ ਲੋਕ ਜਿਹੜੇ ਨੇ ਉਹ ਮੈਨੂੰ ਦੇਖਦੇ ਨੇ। ਮੈਂ ਉਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਪਿਆਰ ਕਰਨ ਵਾਲਾ ਇਹ ਜਿਹੜਾ ਰੇਡੀਓ ਹੈ, ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਦੁਨੀਆ ਦਾ ਆਖਰੀ ਕੰਟਰੀ ਹੈ, ਮੈਂ ਉੱਥੋਂ ਵੀ ਪ੍ਰੋਗਰਾਮ ਕਰਨਾ ਵਾਂ, ਔਰ ਦੁਨੀਆ ਦਾ ਇੱਧਰੋਂ ਲਾਸਟ ਕੰਟਰੀ ਕਹਿ ਲਓ ਕੈਨੇਡਾ ਨੋਰਵੇ ਹੈ, ਉੱਥੋਂ ਵੀ ਮੈਂ ਪ੍ਰੋਗਰਾਮ ਕਰਨਾ ਵਾਂ। ਤਾਂ ਸੋ ਪੂਰੀ ਦੁਨੀਆ ਕ੍ਰੋਸ ਕੀਤੀ ਮੈਂ ਪੰਜਾਬੀ ਦੇ ਸਿਰ ਦੇ ਉੱਤੇ। ਸੋ ਆਪਣੇ ਆਪ ਦੇ ਵਿੱਚ ਮਾਣ ਫੀਲ ਕਰੋ ਕਿ ਤੁਹਾਡੀ ਮਾਂ ਬੋਲੀ ਐਸੀ ਬੋਲੀ ਹੈ ਕਿ ਜਿਹਦੇ 28 ਲਹਿਜੇ ਨੇ, ਪੂਰੇ 28 ਲਹਿਜੇ ਨੇ ਉਹਦੇ, 28 ਲਹਿਜਿਆਂ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ 22 ਲਹਿਜੇ ਬੋਲੇ ਜਾਂਦੇ ਨੇ, ਠੀਕ ਹੈ ਕਿ ਨਹੀਂ। 22 ਲਹਿਜਿਆਂ ਦੇ ਵਿੱਚ ਵੀ ਇੰਨੀ ਮਿਠਾਸ ਹੈ ਜਿਹੜੀ ਕਿ 18 ਬਿਲਕੁਲ ਆਪਣੇ ਸਹੀ, ਜਿਹਨੂੰ ਕਹਿੰਦੇ ਨੇ ਖਾਲਸ। ਅਤੇ ਮੈਂ ਇਹੀ ਕਹਾਂਗਾ ਬੱਚਿਓ ਕਿ ਅਗਰ ਨਾਮ ਪੈਦਾ ਕਰਨਾ ਉਹਦੇ ਵਾਸਤੇ ਕੋਈ ਅੰਗਰੇਜ਼ੀ ਜ਼ਰੂਰੀ ਨਹੀਂ, ਫਰੈਂਚ ਜ਼ਰੂਰੀ ਨਹੀਂ, ਜਰਮਨ ਜ਼ਰੂਰੀ ਨਹੀਂ, ਚਾਈਨੀਜ਼ ਜ਼ਰੂਰੀ ਨਹੀਂ ਹੈ। ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਕਾਂ ਚੱਲਿਆ ਆਪਣੀ ਹੰਸ ਦੀ ਚਾਲ ਅਤੇ ਆਪਣੀ ਵੀ ਭੁੱਲ ਗਿਆ। ਅਤੇ ਸੋ ਗੱਲ ਹੈ ਕਿ ਮੇਰਾ ਖਿਆਲ ਹੈ ਕਿ ਕਾਂ ਅਗਰ ਕਾਂ ਰਵੇ ਤਾਂ ਬਿਹਤਰ ਹੈ, ਉਹਨੇ ਕਾਂ ਹੀ ਕਾਂ ਕਰਨਾ ਹੈ, ਭਾਵੇਂ ਉਹ ਬਥੇਰੀ ਕੋਸ਼ਿਸ਼ ਕਰੇ ਕੋਇਲ ਦੀ ਕੂ ਕੂ ਕਰਨ ਦੀ, ਅਤੇ ਉਹਦੀ ਕਦੀ ਕੂ ਕੂ ਨਹੀਂ ਨਿਕਲਦੀ ਹੈ। ਅਤੇ ਸੋ ਅੱਜ ਜਿਹੜੀ ਜ਼ਰੂਰਤ ਹੈ ਇਸ ਵੇਲੇ ਉਹ ਇਹੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਹਾਂ। ਮੈਂ ਤਮਾਮ ਸਟਾਫ ਦਾ ਪਹਿਲੇ ਤਾਂ ਸ਼ੁਕਰਗੁਜ਼ਾਰ ਹਾਂ, ਮਾਸਟਰ ਗੁਲਾਮ ਹੈਦਰ ਸਾਹਿਬ ਹੈੱਡ ਮਾਸਟਰ ਜਿਹੜੇ ਨੇ, ਫਿਰ ਆਪਣਾ ਇਫਤਖਾਰ ਭੱਟੀ ਸਾਹਿਬ ਜਿਨ੍ਹਾਂ ਨੇ ਮੈਨੂੰ ਉਸ ਵੇਲੇ ਇੰਨਾ ਮਾਣ ਦਿੱਤਾ, ਅਤੇ ਅੱਜ ਮੈਂ ਸਟੇਜ ਦੇ ਉੱਤੇ ਤੁਹਾਡੇ ਕੋਲ ਖਲੋਤਾ ਵਾਂ, ਡਾਇਸ 'ਤੇ ਖਲੋਤਾ ਵਾਂ। ਲੇਕਿਨ ਸਿਰਫ ਉਹਦੇ ਪਿੱਛੇ ਇੱਕ ਹੀ ਗੱਲ ਸੀ ਕਿ ਇਹਨਾਂ ਦਾ ਪੰਜਾਬੀ ਇੰਨੇ ਇਹਤਰਾਮ ਦੇ ਨਾਲ ਖੜ੍ਹੇ ਹੋ ਕੇ ਸੁਣਨਾ। ਮੈਂ ਅੱਜ ਵੀ ਅਗਰ ਆਪਣੀ ਮੈਂ ਵੀਡੀਓ ਰਿਪੀਟ ਕਰਦਾ, ਮੇਰੀ ਲਾਈਵ ਵੀਡੀਓ ਚੱਲ ਰਹੀ ਸੀ ਉਸ ਵੇਲੇ, ਮੈਂ ਵਾਰ ਵਾਰ ਮੈਂ ਰਿਪੀਟ ਕੀਤੀ, ਔਰ ਇਹਨਾਂ ਨੂੰ ਪਤਾ ਹੈ ਉਹ ਤਸਵੀਰਾਂ ਔਰ ਵੀਡੀਓਜ਼ ਪੂਰੀ ਦੁਨੀਆ 'ਚ ਵਾਇਰਲ ਹੋਈਆਂ। ਅਤੇ ਇਹਨਾਂ ਨੇ ਜਦੋਂ ਗੱਲ ਕੀਤੀ ਦੁੱਲੇ ਦੀ ਬਾਹਰ ਦੀ, ਅਤੇ ਮੈਨੂੰ ਬਹੁਤ ਵਧੀਆ ਲੱਗਾ। ਜਿਸ ਤਰ੍ਹਾਂ ਸੰਦਲ ਬਾਰ ਹੈ, ਨੀਲੀ ਬਾਰ ਹੈ, ਗੰਜੀ ਬਾਰ ਹੈ, ਅਤੇ ਇਸੇ ਤਰ੍ਹਾਂ ਇਹਨਾਂ ਨੇ ਦੁੱਲੇ ਦੀ ਬਾਰ ਦੀ ਗੱਲ ਕੀਤੀ, ਅਤੇ ਜਿਹਦੇ ਤੋਂ ਮੈਂ ਅਵੇਅਰ ਹੀ ਨਹੀਂ ਸਾਂ, ਕਿਉਂਕਿ ਮੈਂ ਇਸ ਪਾਸੇ ਆਇਆ ਹੀ ਨਹੀਂ ਸੀ, ਮੈਂ ਪਰੇ ਪਰੇ ਘੁੰਮਦਾ ਰਿਹਾ। ਕਿਉਂਕਿ ਉਹਦੀ ਵਜ੍ਹਾ ਹੈ ਕਿ ਸਾਡੀ ਆਪਸੀ ਸਾਂਝ ਨਹੀਂ ਹੈ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਦੀ ਅਗਰ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਜਾਏ ਤਾਂ ਮਾਫ਼ ਕਰਨਾ, ਪੂਰੀ ਦੁਨੀਆ ਨੂੰ ਫਤਿਹ ਕਰ ਸਕਦੇ ਨੇ। ਇਹਦਾ ਅਗਰ ਤੁਸੀਂ ਰਿਕਾਰਡ ਦੇਖਣਾ, ਅੱਗੇ ਅੱਗੇ ਤੁਸੀਂ ਪੜ੍ਹੋਗੇ, ਹਿਸਟਰੀ ਪੜ੍ਹੋਗੇ, ਤੁਸੀਂ ਜਲਿਆਂਵਾਲਾ ਬਾਗ ਪੜ੍ਹੋਗੇ, ਜਲਿਆਂਵਾਲਾ ਬਾਗ ਦੇ ਉੱਤੇ 100 ਡਾਕੂਮੈਂਟਸ ਲਾਹੌਰ ਆਰਕਾਈਵ ਨੇ, ਪੰਜਾਬ ਆਰਕਾਈਵ ਨੇ ਬਾਹਰ ਕੱਢਿਆ, ਜਿਹਦੇ ਤੋਂ ਪੂਰੇ ਤੋਂ ਇਹ ਸਾਬਤ ਹੁੰਦਾ ਜਲਿਆਂਵਾਲੇ ਬਾਗ ਦੇ ਇੰਸੀਡੈਂਟ ਤੋਂ ਕਿ ਗੋਰਾ ਕਿਸੇ ਕੋਲੋਂ ਪਰੇਸ਼ਾਨ ਨਹੀਂ ਸੀ, ਗੋਰਾ ਕਿਸੇ ਕੋਲੋਂ ਨਹੀਂ ਸੀ ਡਰਦਾ, ਸਿਰਫ ਪੰਜਾਬੀਆਂ ਕੋਲੋਂ ਡਰਦਾ ਸੀ। ਪੂਰੇ ਹਿੰਦੁਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਗੋਰੇ ਨੇ 1848 ਅਪ੍ਰੈਲ ਦੇ ਵਿੱਚ ਆ ਕੇ ਫਿਰ ਕਬਜ਼ਾ ਕੀਤਾ ਉਹਨੇ ਪੰਜਾਬ ਦੇ ਉੱਤੇ, ਸਭ ਤੋਂ ਅਖੀਰ ਦੇ ਉੱਤੇ ਆਇਆ, ਔਰ ਸਭ ਤੋਂ ਘੱਟ ਰਾਜ ਜਿਹੜਾ ਉਹਨੇ ਕੀਤਾ ਉਹ ਪੰਜਾਬ 'ਤੇ ਕੀਤਾ। ਔਰ ਅੱਜ ਅਗਰ ਅਸੀਂ, ਮਾਫ਼ ਕਰਨਾ ਕਿ ਹਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਚੈਪਟਰ ਜਿਹੜੇ ਨੇ ਐਸੇ, ਮੈਂ ਖੁਦ ਵੀ ਪੜ੍ਹਦਾ ਰਿਹਾ, ਮੈਂ ਵੀ ਤੁਹਾਡੇ ਤਰ੍ਹਾਂ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਟਾਟਾਂ ਤੋਂ ਪੜ੍ਹ ਕੇ ਉੱਤੇ ਆਇਆ ਵਾਂ, ਲੇਕਿਨ ਜੋ ਸਕੂਲਾਂ ਦੇ ਵਿੱਚ ਜੋ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਹਦੇ ਓਪੋਜ਼ਿਟ ਬਹੁਤ ਕੁਛ ਹੈ। ਉਹਦੇ ਦੂਸਰੇ ਪਾਸੇ ਦੇਖੋ, ਅਗਰ ਤੁਸੀਂ ਬੱਚੋ ਜਦੋਂ ਪੜ੍ਹਨਾ ਹੈ ਨਾ, ਕਿਤਾਬ ਪੜ੍ਹਨੀ ਹੈ ਤਾਂ ਨਾਲ ਦੇ ਨਾਲ ਬਾਕੀ ਰਾਈਟਰਸ ਵੀ ਪੜ੍ਹੋ, ਤਾਂ ਕਿ ਤੁਹਾਡਾ ਦਿਮਾਗ ਖੁੱਲ੍ਹੇ। ਖਾਲੀ ਦਰਸੀ ਕਿਤਾਬਾਂ ਪੜ੍ਹ ਕੇ ਤੁਸੀਂ ਦੁਨੀਆ ਦੇ ਕਿਸੇ ਮੁਕਾਮ 'ਤੇ ਨਹੀਂ ਪਹੁੰਚ ਸਕਦੇ ਹੋ। ਜਦੋਂ ਤੱਕ ਕਿ ਕਹਿੰਦੇ ਨੇ ਕਿ ਬੰਦਾ ਆਪ ਆਪਣੇ ਆਪ ਦਾ ਮੁਆਜ਼ਨਾ ਨਹੀਂ ਕਰਦਾ ਨਾ, ਜਦੋਂ ਤੱਕ ਬੈਠ ਕੇ ਉਦੋਂ ਤੱਕ ਉਹਨੂੰ ਕੋਈ ਚੀਜ਼ ਦੀ ਵੀ ਸਮਝ ਨਹੀਂ ਆਉਂਦੀ ਹੈ। ਸੋ ਮੈਂ ਕਹਾਂਗਾ ਕਿ ਤੁਹਾਨੂੰ ਅਗਰ ਰਾਈਟਰਸ, ਡਿਫਰੈਂਟ ਰਾਈਟਰ ਦੀਆਂ ਕਿਤਾਬਾਂ ਮਿਲਣ, ਜਿਹੜੀ ਵੀ ਜ਼ਬਾਨ ਹੈ, ਜਿਹਦੀ ਤੁਹਾਨੂੰ ਸਮਝ ਆਉਂਦੀ, ਤੁਸੀਂ ਉਰਦੂ ਸਮਝਦੇ ਹੋ ਤਾਂ ਉਰਦੂ ਦੇ ਵਿੱਚ, ਤੁਸੀਂ ਪੰਜਾਬੀ ਸਮਝਦੇ ਹੋ ਪੰਜਾਬੀ ਦੇ ਵਿੱਚ। ਮੈਨੂੰ ਬੜਾ ਅੱਛਾ ਲੱਗਾ ਕਿ ਜਦੋਂ ਮੈਨੂੰ ਹੈੱਡਮਾਸਟਰ ਸਾਹਿਬ ਨੇ ਦੱਸਿਆ ਕਿ ਸਾਡੇ ਇੱਥੇ ਪੰਜਾਬੀ ਦੀ ਵੀ ਕਲਾਸ ਹੈਗੀ ਹੈ, ਬੱਚੇ ਪੰਜਾਬੀ ਵੀ ਪੜ੍ਹਦੇ ਨੇ, ਬਹੁਤ ਘੱਟ ਸਕੂਲ ਨੇ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ। ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਮਾਂ ਬੋਲੀ ਨੂੰ ਪੜ੍ਹੋ, ਸਮਝੋ, ਪੜ੍ਹਾਓ, ਔਰ ਆਪਣੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ, ਆਉਣ ਵਾਲੀ ਸਾਡੀ ਪੋਧ ਹੈ, ਉਹਨੂੰ ਅਸੀਂ ਦੱਸਣ ਦੀ ਲੋੜ ਹੈ। ਔਰ ਪੰਜਾਬੀ ਇੰਨਾ ਰਿਚ ਕਲਚਰ ਹੈ ਕਿ ਮੈਂ ਜਦੋਂ ਅਮੈਰੀਕਾ ਗਿਆ, ਮੈਂ ਜਦੋਂ ਕੈਨੇਡਾ, ਆਸਟ੍ਰੇਲੀਆ, ਮਲੇਸ਼ੀਆ ਗਿਆ, ਮੈਨੂੰ ਉਸ ਵੇਲੇ ਇੰਨਾ ਕੁ ਮਾਣ ਹੋਇਆ ਕਿ ਮੈਂ ਪੰਜਾਬੀ ਹਾਂ ਯਾਰ, ਮੈਂ ਪੰਜਾਬੀ ਹਾਂ। ਇੰਨੀ ਦੁਨੀਆ ਮੈਨੂੰ ਸੁਣਨ ਲਈ ਆਈ, ਮੈਨੂੰ ਦੇਖਣ ਲਈ ਆਈ ਹੈ। ਹੁਣ ਤੱਕ ਮੈਂ ਇੰਟਰਨੈਸ਼ਨਲੀ 164 ਪ੍ਰੋਗਰਾਮ ਕੀਤਾ, ਮੈਂ 12 ਗੋਲਡ ਮੈਡਲ ਲਏ ਪੰਜਾਬੀ ਬੋਲ ਕੇ। ਮੇਰੇ ਅੰਦਰ ਕੋਈ ਕੰਪਲੈਕਸ ਨਹੀਂ ਹੈ, ਮੇਰੇ ਅੰਦਰ ਕੋਈ ਉਹ ਸ਼ਰਮ ਨਹੀਂ ਹੈਗੀ। ਮੈਨੂੰ ਗੋਰੇ ਵੀ ਸੁਣਨ ਲਈ ਬੈਠੇ ਅਤੇ ਮੈਂ ਉੱਥੇ ਪੰਜਾਬੀ ਬੋਲੀ, ਮੈਂ ਕੋਈ ਇੰਗਲਿਸ਼ ਨਹੀਂ ਸੀ ਬੋਲਦਾ। ਟਾਈਟਲ ਜ਼ਰੂਰ ਲਿਖੇ ਸੀ ਮੈਂ ਆਪਣੀ ਸਲਾਈਡ ਸ਼ੋਅ ਦੇ ਉੱਤੇ ਇੰਗਲਿਸ਼ ਦੇ ਵਿੱਚ, ਲੇਕਿਨ ਮੈਂ ਆਪਣੀ ਮਾਂ ਬੋਲੀ 'ਤੇ ਬੋਲਿਆ। ਮੇਰੇ ਨਾਲ ਮਾਸਟਰ ਸਾਹਿਬ ਵੀ ਜੁੜੇ ਨੇ, ਗੁਲਾਮ ਹੈਦਰ ਸਾਹਿਬ ਵੀ ਨਾਲ, ਆਪਣੇ ਭੱਟੀ ਸਾਹਿਬ ਵੀ ਜੁੜੇ ਹੋਏ ਨੇ, ਹੋਰ ਦੋਸਤ ਵੀ ਨੇ, ਲੇਕਿਨ ਦਿਨ ਰਾਤ ਇੱਕ ਮਿਸ਼ਨ ਹੈ, ਸਿਰਫ ਇੱਕ ਮਿਸ਼ਨ, ਮਾਂ ਬੋਲੀ, ਧਰਤੀ ਮਾਂ,
ਬਸ ਇਹਨਾਂ ਦੋਵਾਂ ਦਾ ਪ੍ਰਚਾਰ ਹੈ। ਇਹਦੇ 'ਤੇ ਚਾਹੇ ਕੋਈ ਜੈਨ ਹੈ, ਇਹਦੇ 'ਤੇ ਚਾਹੇ ਕੋਈ ਹਿੰਦੂ ਹੈ, ਇਹਦੇ 'ਤੇ ਚਾਹੇ ਕੋਈ ਸਿੱਖ ਹੈ, ਇਹਦੇ 'ਤੇ ਚਾਹੇ ਮੁਗਲ ਹੈ, ਇਹਦੇ 'ਤੇ ਕੋਈ ਚਾਹੇ ਪਠਾਨ ਆ ਕੇ ਵਸਿਆ, ਅਤੇ ਚਾਹੇ ਇਹਦੇ ਵਿੱਚ 110 ਗੋਤਾਂ ਜੱਟਾਂ ਦੀਆਂ ਨੇ, ਭਾਵੇਂ ਉਹ ਰਹਿੰਦੇ ਨੇ, ਕੋਈ ਵੀ ਰਹੇ, ਮੇਰੀ ਧਰਤੀ 'ਤੇ ਰਹੇ, ਮੇਰੀ ਮਾਂ ਬੋਲੀ ਬੋਲੇ। ਜਿਸ ਤਰ੍ਹਾਂ ਕਿ ਅੱਜ ਪਾਕਿਸਤਾਨ ਦੇ ਵਿੱਚ 67% ਮੋਰ ਦੈਨ 67% ਜਿਹਨੂੰ ਕਿਹਾ ਜਾਂਦਾ ਲੋਕ ਪੰਜਾਬੀ ਬੋਲਦੇ ਨੇ, ਪੰਜਾਬੀ ਸਮਝਦੇ ਨੇ। ਕਾਸ਼ ਕਿ ਇਹ ਜਿਹੜੇ ਅਸੀਂ ਟਿਕਟੋਕ ਦੇ ਗਾਣੇ ਜਿਹੜੇ ਪੰਜਾਬੀ ਹੈ ਅੱਜ ਇੰਨੇ ਕਾਪੀ ਕਰ ਰਹੇ ਹਾਂ, ਲੱਖਾਂ 'ਚ ਉਹਦੀ ਵਿਊਇੰਗ ਜਾਂਦੀ ਹੈ, ਅਤੇ ਆਪਣੇ ਘਰ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਅਗਰ ਰਹਿ ਗਈ ਹੈ ਕਿ ਬੇਟਾ ਐਸੇ ਮਤ ਕਰੋ ਯਾਰ, ਅਗਰ ਇੰਜ ਕਹਿ ਲਵੋ ਕਿ ਬੇਟਾ ਇੰਜ ਨਹੀਂ ਕਰੀਦਾ, ਇਸ ਤਰ੍ਹਾਂ ਨਾ ਕਰੋ, ਇੰਜ ਚੰਗੀ ਗੱਲ ਨਹੀਂ ਹੈ। ਅਤੇ ਮੇਰਾ ਖਿਆਲ ਹੈ ਕਿ ਬੱਚਾ ਜਿਹੜਾ ਪੰਜਾਬੀ ਮਾਂ ਦੇ ਕੁੱਖੋਂ ਜੰਮਿਆ, ਉਹ ਬਹੁਤੇ ਸੋਹਣੇ ਤਰੀਕੇ ਨਾਲ ਸਮਝੇਗਾ, ਬਜਾਏ ਕਿ ਡੋਂਟ ਬੀ ਡੂ ਦਿਸ, ਪੁੱਠੀ ਸਿੱਧੀ ਬੋਲ ਕੇ, ਲੱਤਾਂ ਬਾਹਾਂ ਤੋੜ ਕੇ, ਅਤੇ ਕੀ ਫਾਇਦਾ ਉਹਦਾ। ਮੈਂ ਹੀ ਕਹਾਂਗਾ ਕਿ ਫਿਰ ਕੋਸ਼ਿਸ਼ ਕਰੋ, ਜਿੱਥੇ ਅਦਬ ਦੀ ਗੱਲ ਹੈ, ਜਿੱਥੇ ਉਰਦੂ ਅਦਬ ਪੜ੍ਹਨਾ, ਉੱਥੇ ਉਰਦੂ ਅਦਬ ਪੜ੍ਹੋ, ਲੇਕਿਨ ਆਪਸ ਦੇ ਵਿੱਚ ਮੈਂ ਕਹਿੰਦਾ ਵਾਂ ਕਿ ਜਿੰਨੀ ਤਮੀਜ਼, ਜਿੰਨਾ ਇਖਲਾਕ ਪੰਜਾਬੀ ਬੋਲੀ ਦੇ ਅੰਦਰ ਹੈ, ਸ਼ਾਇਦ ਹੀ ਕਿਸੇ ਦੇ ਵਿੱਚ ਹੋਵੇ। ਐਂਸ਼ੀਅੰਟ ਸਿਵਿਲਾਈਜੇਸ਼ਨ, ਜਿਹੜੀ ਪੁਰਾਣੀਆਂ ਜਿੰਨੀਆਂ ਵੀ ਕਹਿ ਲਵੋ ਤੁਸੀਂ ਕਿ ਦੁਨੀਆ ਆਬਾਦ ਹੋਈ, ਦੁਨੀਆ ਨੇ ਰਹਿਣਾ ਬਹਿਣਾ ਸਿੱਖਿਆ, ਅਤੇ ਉਹਦੇ ਵਿੱਚ ਹੜੱਪਾ ਦਾ ਵੀ ਨਾਮ ਹੈ, ਜੇ ਕੋਟ ਡਿਜੀ ਹੈ, ਜੇ ਮੋਹਿੰਜੋਦੜੋ ਹੈ, ਅਤੇ ਉਹਦੇ ਬਰਾਬਰ ਦੀ ਹੀ ਅਗਰ ਤੁਸੀਂ ਦੇਖੋ ਨੌਰਥ ਵੈਸਟ ਪੰਜਾਬ ਦੇ ਵਿੱਚ ਇਹਨਾਂ ਸਾਰਿਆਂ ਤੋਂ ਪੁਰਾਣੀ ਤਵਾਰੀਖ ਮਿਲੀ ਹੈ, ਜਿਹਨੂੰ ਕਿ ਸਵਾਂ ਵੈਲੀ ਸਿਵਿਲਾਈਜੇਸ਼ਨ ਕਿਹਾ ਗਿਆ, ਵਾਦੀਏ ਸਵਾਂ ਕੀ ਤਹਿਜ਼ੀਬ, ਜਿਹੜੀ ਕਿ ਨਿਕਲ ਰਹੀ ਹੈ ਕਿੱਥੋਂ, ਕਸ਼ਮੀਰ ਤੋਂ, ਔਰ ਆ ਕੇ ਪਿੰਡੀ ਦੇ ਲਾਗੇ ਆ ਕੇ, ਜਿਹੜਾ ਬੈਰੀਆ ਫੇਸ 6 ਹੈ, ਬੈਰੀਆ 7 ਹੈ, ਅਗਰ ਕਿਸੇ ਸਟੂਡੈਂਟ ਨੂੰ ਮਦਦ ਚਾਹੀਦੀ ਹੋਏ, ਉਹਦੇ ਮੁਤਲਕ ਮੈਂ ਖੋਜ ਕਰਕੇ ਆਇਆ, ਮੈਂ ਫੋਸਲਸ ਕੱਢੇ ਨੇ, ਮੈਂ ਕੇਵਸ ਲੱਭੀਆਂ ਨੇ, ਉਹਨਾਂ ਛੋਟੇ ਨਾਲਿਆਂ ਦੇ ਗਿਰਦ ਲੋਕਾਂ ਦਾ ਰਹਿਣਾ, ਔਰ ਹਜ਼ਾਰਾਂ ਸਾਲ ਪੁਰਾਣੀ ਇੰਡਸ ਵੈਲੀ ਦਾ ਕੁਝ ਵੀ ਪੁਰਾਣੀ ਨਹੀਂ ਹੈ। ਲੇਕਿਨ ਕੁਛ ਥੋੜ੍ਹੇ ਜਿਹੇ ਪ੍ਰੋਫੈਸਰ ਡਾਕਟਰ ਅਹਿਮਦ ਦਾਨੀ, ਡਾਕਟਰੇਟ ਕੀਤੀ ਹੈ ਉਹਨਾਂ ਨੇ ਕਾਇਦ ਆਜ਼ਮ ਯੂਨੀਵਰਸਿਟੀ ਦੇ ਵਿੱਚ, ਬੜਾ ਵੱਡਾ ਉਹਨਾਂ ਦਾ ਨਾਮ ਹੈ, ਉਹਨਾਂ ਦੀਆਂ ਬਹੁਤ ਜ਼ਿਆਦਾ ਸਾਰੀਆਂ ਕਿਤਾਬਾਂ ਨੇ ਤਵਾਰੀਖ ਦੇ ਉੱਤੇ, ਉਹਨਾਂ ਨੇ ਸਭ ਤੋਂ ਪਹਿਲੇ ਜ਼ਿਕਰ ਕੀਤਾ ਔਰ ਪੂਰੀ ਦੁਨੀਆ ਨੇ ਮੰਨ ਵੀ ਲਿੱਤਾ। ਲੇਕਿਨ ਹੁਣ ਲੱਭਣਾ ਕੀ ਹੈ ਉੱਥੇ ਕਿ ਵਸੋਂ, ਕਿ ਕਿਆ ਦੁਨੀਆ ਉੱਥੇ ਜਿਹੜੀ ਵੱਸਦੀ ਸੀ ਉਹਨਾਂ ਦੀ ਤਹਿਜ਼ੀਬ ਕੀ ਸੀ, ਉਹਦੇ ਬਾਰੇ 'ਚ ਚੱਠੂਵਟਾ 'ਤੇ ਲੱਭਾ, ਥੋੜ੍ਹਾ 'ਤੇ ਲੱਭਾ, ਪੱਥਰ ਦੀ ਬਣੀ ਆਰੀ ਵੀ ਲੱਭੀ, ਔਰ ਇੱਥੇ ਦਾ ਬਣਿਆ ਹੋਇਆ ਸਮਾਨ ਯੂਨਾਨ ਦੇ ਵਿੱਚ ਲੱਭਾ। ਅਤੇ ਤੁਸੀਂ ਇੱਥੋਂ ਅੰਦਾਜ਼ਾ ਕਰ ਲਓ ਕਿ ਸਾਡਾ ਕਲਚਰ, ਸਾਡਾ ਹੈਰੀਟੇਜ, ਸਾਡਾ ਵਿਰਸਾ, ਸਾਡੀ ਵਿਰਾਸਤ, ਸਾਡੀ ਬੋਲੀ, ਸਾਡੀ ਜ਼ਮੀਨ, ਸਾਡੀ ਮਿੱਟੀ ਕਿੰਨੀ ਰਿਚ ਹੈ। ਸਾਨੂੰ ਇਹਨੂੰ ਬੋਲਣ ਲੱਗਿਆਂ ਸ਼ਰਮ ਆਉਂਦੀ ਹੈ, ਸਾਨੂੰ ਇਹਦਾ ਨਾਮ ਲਿਖਣ ਲੱਗਿਆਂ ਸੈਂਸਿਸ ਦੇ ਵਿੱਚ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ, ਅਤੇ ਉਸ ਵੇਲੇ ਬੋਲੀ ਦੇ ਵਿੱਚ ਸਾਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਮਾਂ ਬੋਲੀ ਜਿਹੜੀ ਹੈ ਆਪਣੀ ਤੁਸੀਂ ਪੰਜਾਬੀ ਲਿਖਣੀ ਹੈ। ਕਦੀ ਵੀ ਮਰਦਮਸ਼ੁਮਾਰੀ ਹੋਏ ਬੱਚੋ, ਅਤੇ ਉਸ ਵੇਲੇ ਆਪਣੀ ਮਾਦਰੀ ਜ਼ੁਬਾਨ ਜਿਹੜੀ ਹੈ ਸਭ ਤੋਂ ਪਹਿਲੇ ਪੰਜਾਬੀ ਲਿਖੋ, ਕੌਮੀ ਜ਼ੁਬਾਨ ਦੇ ਵਿੱਚ ਜਿਹੜਾ ਉਹ ਉਰਦੂ ਦਾ ਖਾਨਾ ਹੈ। ਬਹੁਤ ਸ਼ੁਕਰੀਆ ਜੀ, ਮੈਂ ਕਹਾਂਗਾ ਕਿ ਆਪ ਸਭ ਦਾ ਬਹੁਤ ਹੀ ਬਹੁਤ, ਮੈਂ ਕਹਾਂਗਾ ਮੈਨੂੰ ਐਕਸਪੈਕਟ ਨਹੀਂ ਸੀ ਕਿ ਇੰਨਾ ਜ਼ਿਆਦਾ ਸੋਹਣਾ ਪ੍ਰੋਗਰਾਮ ਹੋਏਗਾ, ਇੰਨਾ ਮਜ਼ੇਦਾਰ ਪ੍ਰੋਗਰਾਮ ਹੋਏਗਾ, ਔਰ ਉੱਠਣ ਨੂੰ ਦਿਲ ਨਹੀਂ ਕਰੇਗਾ, ਲੇਕਿਨ ਕੀ ਕਹਿੰਦੇ ਨੇ ਕਿ ਵਕਤ ਜਿਹੜੀ ਹੈ ਉਹਦੀ ਸੂਈ ਕਿਸੇ ਦੀ ਕੈਦ ਵਿੱਚ ਨਹੀਂ ਹੈ, ਇਹਨੇ ਚੱਲਦੇ ਹੀ ਰਹਿਣਾ, ਤਾਂ ਫਿਰ ਦੁਨੀਆ ਦੇ ਬਾਕੀ ਕੰਮ ਵੀ ਜਿਹੜੇ ਨੇ ਉਹ ਵੀ ਕਰਨੇ ਪੈਂਦੇ ਨੇ, ਅਤੇ ਹਰ ਕੰਮ ਜਿਹੜਾ ਆਪਣੇ ਵਕਤ ਸਿਰ ਕੀਤਾ ਜਾਵੇ। ਕੀ ਕਹਿੰਦੇ ਨੇ ਕਿ ਵੇਲੇ ਦੀ ਨਮਾਜ਼ ਤੱਕ ਵੇਲੇ ਦੀਆਂ ਟੱਕਰਾਂ, ਅਤੇ ਫਿਰ ਉਹ ਵਾਲੀ ਗੱਲ ਹੋ ਜਾਂਦੀ ਹੈ। ਸੋ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹਾਂਗਾ, ਰੱਬ ਰਾਖਾ ਜੀ, ਕੋਈ ਭੁੱਲ ਚੁੱਕ ਹੋਈ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਤਾਂ ਮੈਨੂੰ ਮਾਫ਼ ਕਰਿਓ। ਪ੍ਰੋਗਰਾਮ ਦਾ ਅਖੀਰ ਜਿਹੜਾ ਉਹ ਸਾਡੇ